ਅੱਜ ਦੀ ਡੇਟ 6 ਅਗਸਤ 2021 ਤੋਂ ਸवाय ਚਰਚਔਰਤ ਹੋਰੀ ਜਿਹੜੀਆਂ ਨੇ ਤੋਂ ਇਲਾਵਾ ਹਰ ਜਗ੍ਹਾ ਜਿਹੜਾ ਗ੍ਰੀਨ ਪਾਸ ਦਾ ਲਾਜ਼ਮੀ ਕਰਾਰਤਾ ਗਿਆ ਹੋਵੇ ਅਗਰ ਤੁਸੀਂ ਕਿਸੇ ਪਲੇਸ ਤੇ ਜਾਂਦੇ ਹੋ ਪਿਸ਼ੀਨੇ ਜਾਂਦੇ ਹੋ ਚਿੰਤਰੀ ਬਨੇਸਰੇ ਜਾਂਦੇ ਹੋ ਕਿਸੇ ਥੀਏਟਰ ਜਾਂਦੇ ਹੋ ਤੁਸੀਂ ਕੋਈ ਕੰਵੈਨਿਅ ਜਾਂਦੇ ਹੋ ਜਾਂ ਤੁਸੀਂ ਕਿਸੇ ਕੰਕੋਰਸੀ ਪਬਲਿਕ ਜੋਥੇ ਤੁਸੀਂ ਅਗਰ ਜਾਂਦੇ ਹੋ ਤੇ ਤੁਹਾਡੇ ਕੋ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ ਅਦਰਵਾਜ਼ ਤੁਸੀਂ ਸਰਵਸਾਸਲ ਨਹੀਂ ਕਰ ਸਕਦੇ ਉਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀ ਸਖਤੀ ਨਜ਼ਰ ਆ ਰਹੀ ਹੋਵੇ ਰੈਸਟੋਰੈਂਟ ਬਾਰ ਜਿਹੜੇ ਨੇ ਉਹਨਾਂ ਦੀ ਇਨਡੋਰ ਸਰਵਿਸ ਤੋਂ ਕਗਰ ਤੁਸੀਂ ਸਰਵਿਸ ਵਾਲਾ ਤਾਬਾ ਲਗਰ ਤੁਸੀਂ ਇਸਤੇਮਾਲ ਕਰ ਦਿਓ ਤੁਹਾਡਾ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ ਅਗਰ ਤੁਸੀਂ ਇਹਦੀ ਵਾਇੋਲੇਸ਼ਨ ਕਰਦੇ ਹੋ ਤਾਂ ਤੁਹਾਨੂੰ 400 ਤੋਂ 1000 ਰੁਪਏ ਤੱਕ ਜੁਰਮਾਨਾ ਸਕਦਾ ਵੇ ਔਰ ਜਿਹੜਾ ਮਾਲਕ ਹੈ ਰੈਸਟੋਰੈਂਟ ਬਾਰ ਦਾ ਉਹਨੂੰ ਉਹਦਾ ਜਿਹੜਾ ਲਾਇਸੈਂਸ ਹਨ ਮنسੂਖ ਕਰਤਾ ਜਾਏਗਾ ਇੱਕ ਦਿਨ ਤੋਂ 10 ਦਿਨ ਤੱਕ ਇਸ ਵਾਸਤੇ ਜਿਹੜੇ ਮਾਲਕ ਨੇ ਜਿਹੜੇ ਰੈਸਟੋਰੈਂਟ 12 ਦੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਵੈਰੀਫਿਕੇਸ਼ਨ ਕਰਨ ਜਿਹੜਾ ਵੀ ਉਹਦਾ ਕਲਾਇੰਟ ਆਂਦਾ ਹੈ ਉਹਦੇ ਕੋ ਗ੍ਰੀਨ ਪਾਸ ਹੈ ਕਿ ਨਹੀਂ ਹੈ ਵੈਰੀਫਿਕੇਸ਼ਨ ਕਰਨ ਦਾ ਤਰੀਕਾ ਇਹ ਹੈ ਕਿ ਗਵਰਨਮੈਂਟ ਦੀ ਇੱਕ ਅਫੀਸ਼ੀਅਲ ਉਹਨਾਂ ਨੇ ਐਪਲੀਕੇਸ਼ਨ ਹੈ ਜਿਹਦਾ ਨਾਮ ਹੈ ਵੈਰੀਫਿਕੇ ਕਾ ਸੀ 19 ਉਹਦੇ ਥਰੂ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਕਲਾਇੰਟ ਕੋ ਗ੍ਰੀਨ ਪਾਸ ਹੈ ਵੀ ਜਾਂ ਨਹੀਂ ਹੈ ਉਸ ਤੋਂ ਇਲਾਵਾ ਅਗਰ ਤੁਸੀਂ ਗ੍ਰੀਨ ਪਾਸ ਹਾਸਲ ਕਰਨਾ ਹੋ ਤੇ ਮختلف ਤਰੀਕੇ ਨੇ ਉਹ ਤੁਸੀਂ ਕਰ ਸਕਦੇ ਹੋ ਕਿ ਤੁਹਾਨੂੰ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਵੇ ਥਰੂ ਤੋਂ ਕਰ ਸਕਦੇ ਹੋ ਜਾਂ ਦੋ ਡੋਜ਼ਾਂ ਲੱਗੀਆਂ ਤੁਹਾਨੂੰ ਫਿਰ ਮਿਲਦਾ ਵੇ ਔਰ ਜਾਂ ਤੁਸੀਂ ਤੁਹਾਨੂੰ ਕੋਵਿਡ ਹੋਇਆ ਹੋਵੇ ਔਰ ਤੁਸੀਂ ਉਹਦੇ ਤੋਂ ਸਿਹਤਯਾਬ ਹੋ ਗਏ ਹੋ ਫਿਰ ਤੁਹਾਨੂੰ ਗ੍ਰੀਨ ਪਾਸ ਮਿਲਦਾ ਹੈ ਉਹਦੀ ਵੈਲਿਡਿਟੀ 6 ਮਹੀਨੇ ਵੇ ਔਰ ਉਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਟੰਪੋਨੇ ਥਰੂ ਕਰ ਸਕਦੇ ਹੋ ਜਿਹੜੀਆਂ ਨੇ ਫਾਰਮੇਸੀ ਜਾਂ ਜਿਹੜੇ ਸੈਂਟਰ ਨੇ ਉੱਥੇ ਤੁਸੀਂ ਕਰਵਾ ਸਕਦੇ ਹੋ ਲੇਕਿਨ ਇਹ ਜ਼ਾਹਰੇ ਪੈਸੇ ਦੇਣੇ ਪੈਣਗੇ ਤੁਹਾਨੂੰ ਇਹਦੇ 18 ਯੂਰੋ 20 ਯੂਰੋ ਉਹਦੀ ਪ੍ਰਾਈਸ ਤੁਹਾਨੂੰ ਆਪਣੇ ਟੰਪੋਨੇ ਕਰਨ ਦੀ ਲੇਕਿਨ ਇਹਦੀ ਵੈਲਿਡਿਟੀ ਜਿਹੜੀ ਹੈ ਸਿਰਫ ਔਰ ਇਸ ਵਾਸਤੇ ਬਿਹਤਰ ਅਗਰ ਕਿਸੇ ਨੂੰ ਕੋਈ ਖਾਸ ਪ੍ਰੋਬਲਮ ਨਹੀਂ ਸੇਧ ਦੀ ਤੇ ਉਹ ਆਪਣੀ ਵੈਕਸੀਨ ਕਰਵਾਏ ਆਪਣਾ ਗ੍ਰੀਨ ਪਾਸ ਹਾਸਲ ਕਰੇ ਅਦਰਵਾਜ਼ ਇਟਲੀ ਚ ਰਹਿਣਾ ਔਰ ਆਜ਼ਾਦੀ ਨਾਲ ਫਿਰਨਾ ਬਹੁਤ ਮੁਸ਼ਕਲ ਹੈ ਉਹਦਾ ਇੱਕ ਹੀ ਹਾਲ ਹੈ ਤੁਹਾਡੇ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ ਮੇਰੀ ਤਰਫੋਂ ਅਸਲਾਮੁਅਲੈਕਮ